ਸਤਿ ਸ੍ਰੀ ਅਕਾਲ ਸਭ ਕੇ ਸਾਹ ਪਰਾਵਨ ਨੂੰ ਮੈਂ ਗੁਰਦੀਪ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਇਹ ਸਾਥੀਓ ਜਿਹੜੀ ਵੀਡੀਓ ਹੈਗੀ ਅੱਜ ਦੀ ਧਾਨ ਦੀ ਕ੍ਰੋਪ ਦੇ ਉੱਤੇ ਹੈ ਉਹਨਾਂ ਫਾਰਮਰਸ ਦੇ ਲਈ ਹੈ ਜਿਹੜੇ ਬਾਸਮਤੀ ਲਾਉਣ ਦੇ ਸ਼ੌਕੀਨ ਹੈ ਬਾਸਮਤੀ ਲਾਉਣ ਦੇ ਸ਼ੌਕੀਨ ਹੈ ਬਾਸਮਤੀ ਬਹੁਤ ਹੀ ਜ਼ਿਆਦੇ ਬੋਟ ਬੈਸਟ ਧਾਨ ਦੇ ਵਿੱਚ ਵੈਰਾਈਟੀਆਂ ਹੈਗੀਆਂ ਬਾਸਮਤੀ ਦੀਆਂ ਉਹਨਾਂ ਚੋਂ ਬੈਸਟ ਚੁਣਾਈ ਵੈਰਾਈਟੀਆਂ ਆਪਾਂ 1692 ਤੇ 1509 ਦਾ ਡਿਫਰੈਂਸ ਦੇਖਾਂਗੇ ਵੀ ਇਸ ਦੇ ਵਿੱਚ ਕੀ ਡਿਫਰੈਂਸ ਹੈ ਕੀ ਡਿਜੀਜਨ ਦਾ ਡਿਫਰੈਂਸ ਹੈ ਸਾਥੀਓ ਤੇ ਕਿੰਨੇ ਆ ਦਿਨਾਂ ਦਾ ਡਿਫਰੈਂਸ ਹੈ ਤੇ ਕਿੰਨਾ ਭਾਅ ਦਾ ਡਿਫਰੈਂਸ ਹੈ ਤੇ ਕਿੰਨੇ ਝਾੜ ਦਾ ਡਿਫਰੈਂਸ ਹੈ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਵੀਡੀਓ ਦੇ ਰਾਹੀਂ ਕਰਾਂਗੇ ਤੇ ਜਿਹੜੇ ਕਿਸਾਨ ਅੱਗੇ ਸੀਡ ਨੂੰ ਤਿਆਰ ਕਰਕੇ ਵੇਚਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਵੀ ਥੋੜੀ-ਬਹੁਤ ਇਹਦੇ ਵਿੱਚ ਜਾਣਕਾਰੀ ਹੋਵੇਗੀ ਤਾਂ ਇਸ ਜਾਣਕਾਰੀ ਨੂੰ ਸਰ ਹਰ ਕਿਸਾਨ ਦੇ ਨਾਲ ਸਾਂਝਾ ਕਰ ਲਿਤਾ ਜਾਵੇ ਤੇ ਜਾਣਕਾਰੀ ਸੰਕਰਣ ਦੇ ਬਾਰੇ ਹੋਵੇਗੀ ਸਾਥੀਓ ਇਸ ਦੇ ਵਿੱਚ ਬਰੀਡਿੰਗ ਦੇ ਬਾਰੇ ਹੋਵੇਗੀ ਵੀ ਜਿਹੜਾ ਧਾਨ ਦਾ ਸੀਡ ਆ ਕਿਸ ਤਰੀਕੇ ਨਾਲ ਤਿਆਰ ਹੁੰਦਾ ਹੈ 크ਰੋਸ ਬਰੀਡਿੰਗ ਦੇ ਨਾਲ ਹੋਊਗੀ ਵੀ ਕਿਹਦੀ 크ਰੋਸ ਬਰੀਡਿੰਗ ਦੇ ਥਰੂ ਇਹ ਵੈਰੈਟੀਆਂ ਕੱਢੀਆਂ ਗਈਆਂ ਉਹ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਰਾਹੀਂ ਕਰਦੇ ਆਂ ਸਾਥੀਓ ਜਿਹੜੀ ਧਾਨ ਦੀ 1509 PB ਵੈਰੈਟੀ ਹੈਗੀ ਨਾ ਇਹਦੀ ਲਗਭਗ ਸਾਥੀਓ ਹਾਈਟ ਆ ਜਿਹੜੀ 92 ਸੈਂਟੀਮੀਟਰ ਤੱਕ ਜਾਂਦੀ ਹੈਗੀ ਹੈ ਤੇ ਇਹਦੀ ਟਾਈਮ ਪੀਰੀਅਡ ਆ ਸਾਥੀਓ ਉਹ 125 ਦਿਨਾਂ ਦਾ ਹੁੰਦਾ ਹੈ ਤੇ ਇਹਦਾ ਐਵਰੇਜ ਝਾੜ 16 ਤੋਂ 17 ਕੁਇੰਟਲ ਪ੍ਰਤੀ ਏਕੜ ਦੇ ਲਿਆ ਕੇ ਬਾਕੀ ਫਾਰਮਰ ਐਸ ਤੋਂ ਉੱਪਰ ਵੀ ਕੱਢਦੇ ਜਿਹੜੀਆਂ ਰਿਕਮੈਂਡੇਸ਼ਨ ਹੰਗੀਆਂ ਵੀ ਯੂਨੀਵਰਸਿਟੀ ਨੇ ਜਿੱਥੋਂ ਵੀ ਇਹ ਬੀਜ ਤਿਆਰ ਹੋਇਆ ਉਸ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਉੱਥੋਂ ਇਹ ਵੈਰਾਈਟੀ ਇੰਨਾ ਝਾੜ ਦੇ ਕੇ ਗਈ ਸੀ ਬਾਕੀ ਫਾਰਮਰਾਂ ਦੇ ਵੀ ਕਾਫੀ 22 23 23 ਕੁਇੰਟਲ ਤੱਕ ਝਾੜ ਹੋਇਆ ਉਹ ਤੁਹਾਨੂੰ ਅੱਗੇ ਦੱਸੂ ਆ 1692 ਜਿਹੜੀ ਪੀਵੀ ਵੈਰਾਈਟੀ ਹੈ ਉਹ 95 ਹਾਈਟ ਹੁੰਦੀ ਹੈ ਸੈਂਟੀਮੀਟਰ ਦੇ ਵਿੱਚ ਉਹਦੀ ਤੇ ਉਸ ਤੋਂ ਬਾਅਦ ਗੱਲ ਕਰੀਏ ਟਾਈਮ ਇਨ ਦੀ ਟਾਈਮ ਪੀਰੀਅਡ ਉਹ ਸੀਡ ਟੂ ਸੀਡ 115 ਦਿਨ ਲੈਂਦੀ ਹੈ ਸਾਥੀਓ ਤੇ ਜਿਹੜਾ ਉਤਪਾਦ ਦੇਣਾ ਉਹ 23 ਤੋਂ 24 ਕਵਾਂਟਲ ਪ੍ਰਤੀ ਹੈ ਪ੍ਰਤੀ ਏਕੜ ਆਂਦਾ ਹੈ ਤੇ ਇਹਦਾ ਜਿਹੜੇ ਭਾਅ ਹੈ ਉਹ 100-150 ਰੁਪਏ ਦਾ ਅੰਤਰ ਇਹਦੇ ਵਿੱਚ ਰਹਿੰਦਾ ਕਿਉਂਕਿ ਇਹ ਥੋੜੀ ਜੀ 16-92 ਡਾਊਨ ਦੇ ਵਿੱਚ ਜਾਂਦੀ ਹੈ ਤਾਂ ਉਨਾਂ ਇਹ ਐਵਰੇਜ ਝਾੜ ਜਾਦੀ ਕੱਢ ਦਿੰਦੀ ਹੈ ਤਾਂ ਸਾਥੀਓ ਜਿਹੜੀ ਇਹਦਾ ਪ੍ਰੋਡਕਟਿਵਿਟੀ ਹੈ ਉਤਪਤੀ ਹੈ ਉਹ ਕਿੱਥੋਂ ਹੋਈ 1509 PV ਪੰਜਾਬ ਬਾਸਮਤੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਇਹਨੇ 2013 ਦੇ ਵਿੱਚ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਸ ਵੈਰਾਈਟੀ ਨੂੰ ਵਿਕਸਿਤ ਕੀਤਾ ਸੀ ਕ੍ਰੋਸ ਬਰੀਡਿੰਗ ਦੇ ਥਰੂ ਕ੍ਰੋਸ ਬਰੀਡਿੰਗ ਦੇ ਥਰੂ ਇਸ ਨੂੰ ਵਿਕਸਿਤ ਕੀਤਾ ਉਸ ਤੋਂ ਬਾਅਦ ਬਿਵਾਈ ਜਿਹੜਾ ਸਮਾਂ ਹੈ ਇਹਦਾ ਬੀਜਣ ਦਾ ਇਹਦਾ ਸਮਾਂ ਹੈ ਜੂਨ ਦਾ ਜਿਹੜਾ ਅੰਤ ਦਾ ਹਫਤਾ ਹੁੰਦਾ ਉੱਥੋਂ ਲੈ ਕੇ ਜੁਲਾਈ ਦੇ ਮੱਧ ਤੱਕ ਇਹਨੂੰ ਆਪਾਂ ਲਾ ਸਕਦੇ ਆ ਪਨੀਰੀ ਦੇ ਰੂਪ ਦੇ ਵਿੱਚ ਉਸ ਤੋਂ ਬਾਅਦ ਸਾਥਿਓ ਇਹਦੀ ਜਿਹੜੀ ਫਸਲ ਦੀ ਅਵਧੀ ਹੈਗੀ ਹੈ ਟਾਈਮ ਪੀਰੀਅਡ ਤੁਹਾਨੂੰ ਦੁਬਾਰਾ ਤੋਂ ਮੈਂ ਦੱਸ ਰਿਹਾ 120 ਤੋਂ 125 ਦਿਨ ਹੁੰਦਾ ਹੈ ਸਾਥਿਓ ਤਾਂ ਜਿਹੜੀ ਪ੍ਰਤੀ ਹੈਕਟੇਰ ਦੀ ਪੈਦਾਵਾਰ ਦੇਖੀ ਗਈ ਹੈ ਤਾਂ 4.5 ਤੋਂ 5 ਟਨ ਪ੍ਰਤੀ ਹੈਕਟੇਰ ਤੇ ਗੁਣਵੱਤਾ ਦੀ ਗੱਲ ਕਰੀਏ 1509 ਦੀ ਗੁਣਵੱਤਾ ਲੰਬੇ ਤੇ ਪਤਲੇ ਦਾਣਿਆਂ ਦੀ ਇਹ ਵੈਰਾਈਟੀ ਹੈਗੀ ਹੈ ਤੇ ਪੱਕਣ ਤੋਂ ਬਾਅਦ ਸਾਥਿਓ ਸੋਣ ਦਿੱਤ ਤੇ ਨਰਮ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਬਾਜ਼ਾਰ ਦੇ ਵਿੱਚ ਅਧਿਕ ਮਤਲਬ ਜਿਆਦੇ ਰੇਟਾਂ ਦੇ ਉੱਤੇ ਜਾਂਦੀ ਹੈ ਜਿਆਦੇ ਦੀ ਡਿਮਾਂਡ ਹੈਗੀ ਹੈ ਬਾਜ਼ਾਰ ਦੇ ਵਿੱਚ ਤੇ ਸਾਥੀਓ ਰੋਗਾਂ ਦੇ ਪ੍ਰਤੀ ਇਹ ਕਿਹੜੀ ਪ੍ਰਤੀਰੋਧ ਸ਼ਮਤਾ ਦਰਸਾਉਂਦੀ ਹੈ ਬਲਾਸਟ ਤੇ ਜੁਲਸਾ ਦੇ ਰੋਗ ਦੇ ਪ੍ਰਤੀ ਪ੍ਰਤੀਰੋਧਕ ਐਸ ਦੇ ਬਹੁਤ ਘੱਟ ਇਹ ਜਿਹੜੇ ਬਿਮਾਰੀਆਂ ਹੈ ਇਹਨਾਂ ਦੇ ਉੱਪਰਾਂ ਦੀ ਹੈ ਜਿਹੜੀ ਪਾਣੀ ਦੀ ਗੱਲ ਕਰੀਏ ਸਾਥੀਓ ਪਾਣੀ ਦੀ ਗੱਲ ਕਰੀਏ ਪਾਣੀ ਵੀ ਆੜ-ਆੜ ਸਟੇਜਾਂ ਦੇ ਉੱਤੇ ਆੜ-ਆੜ ਤਰੀਕੇ ਨਾਲ ਲੱਗਦਾ ਹੈ ਉਤੋਂ ਨੂੰ ਇਸ ਵੀਡੀਓ ਦੇ ਵਿੱਚ ਸ਼ੋਅ ਕਰ ਰਿਹਾ ਸਾਥੀਓ ਵੀ ਕਿਦੋਂ ਪਾਣੀ ਆਪਾਂ 1 ਸੈਂਟੀਮੀਟਰ ਰੱਖਣਾ ਹੈ ਸਟਾਰਟਿੰਗ ਦੇ ਵਿੱਚ ਕਿਦੋਂ ਆਪਾਂ 5 ਸੈਂਟੀਮੀਟਰ ਤੇ ਪਾਣੀ ਲੈ ਕੇ ਜਾਣਾ ਹੈ ਕਿਦੋਂ ਆਪਾਂ 10 ਸੈਂਟੀਮੀਟਰ ਤੱਕਰ ਪਾਣੀ ਲੈ ਕੇ ਜਾਣਾ ਹੈ ਦਾਣ ਦੇ ਵਿੱਚ ਵੀ ਇੰਨਾ ਇਨਾ ਪਾਣੀ ਕਿਸ ਟਾਈਮ ਕਿ ਕਿਹੜੋਂ ਜ਼ਿਆਦਾ ਪਾਣੀ ਦੀ ਆਸਕਤਾ ਹੁੰਦੀ ਹੈ ਉਹ ਤੁਹਾਨੂੰ ਦੱਸ ਰਿਹਾ ਬਾਕੀ ਇਸ ਦੇ ਉੱਤੇ ਆਪਾਂ ਇੱਕ ਅਲੱਗ ਤੋਂ ਵੀਡੀਓ ਕਰ ਲਾਂਗੇ ਤਾਂ ਸਾਥੀ ਪਾਣੀ ਤਾਂ ਘੱਟ ਚਾਹੀਦਾ ਇਸ ਕਿਸਮ ਨੂੰ ਤੇ ਜਿਹੜੇ ਕਮੀ ਵਾਲੇ ਏਰੀਏ ਪਾਣੀ ਦੇ ਉੱਥੇ ਹੀ ਕਿਸਮ ਇਹ ਜ਼ਿਆਦਾ ਲੱਗਦੀ ਹੈਗੀ ਹੈ ਤੇ ਇਹਦੀ ਆਪਾਂ ਸੰਕਰਣ ਦੀ ਗੱਲ ਕਰੀਏ ਤਾਂ ਬਾਸਮਤੀ 386 ਤੇ ਜਿਹੜੀਆਂ ਪਰੰਪਰਿਕ ਆਪਣੀਆਂ ਪਹਿਲਾਂ ਦੀ ਕਿਸਮਾਂ ਚੱਲਦੀਆਂ ਉਹਨਾਂ ਦਾ ਸੰਕਰਣ ਹੋ ਕੇ ਇਹ ਕਰਾਸ ਬਰੀਡਿੰਗ ਹੋ ਕੇ ਇਹ ਵੈਰੈਟੀ ਆਈ ਹੈ ਤਾਂ ਇਹ ਪੱਕਣ ਤੋਂ ਬਾਅਦ ਸਾਥੀਓ ਵੈਰੈਟੀ ਜਿਹੜੀ 8.2 ਤੋਂ ਲੈ ਕੇ 8.4 ਐਮ ਐਮ ਜਿਹੜਾ ਇਹਦਾ ਸੀਡ ਹੈ ਉਸ ਦਾਣੇ ਦੀ ਉਹਦੀ ਲੰਬਾਈ ਹੋ ਜਾਂਦੀ ਹੈ ਸਾਥੀਓ ਇਹ ਬਹੁਤ ਹੀ ਇੰਪੋਰਟੈਂਟ ਗੱਲ ਹੈ ਇੰਨੀ ਲੰਬਾਈ ਵੱਜ ਜਾਂਦੀ ਹੈ ਇਹਦਾ ਉੱਤਰਵਾਰ ਦਾ ਸਾਥੀਓ ਉੱਥੇ ਜਲਵਾਯੂ ਤੇ ਮਿੱਟੀ ਐ ਇਸ ਨੂੰ ਸੂਟ ਕਰਦੀ ਐ ਵਿਸ਼ੇਸ਼ ਤੌਰ ਦੇ ਉੱਤੇ ਅਨੁਕੂਲ ਐ ਤੇ ਜਿਹੜੀ ਮਿਲਿੰਗ ਗੁਣਵੱਤਾ ਐ ਬਹੁਤ ਵਧੀਆ ਐ ਮਿਲਿੰਗ ਗੁਣਵੱਤਾ ਦਾ ਕੀ ਮਤਲਬ ਹੁੰਦਾ ਮਿਲਿੰਗ ਗੁਣਵੱਤਾ ਦਾ ਸਾਥੀਓ ਮਤਲਬ ਇਹ ਹੁੰਦਾ ਕਿ ਇਸ ਦੇ ਵਿੱਚ ਕਿੰਨਾ ਚਾਵਲ ਨਿਕਲ ਰਿਹਾ ਇਹਦੇ ਵਿੱਚੋਂ ਜਦੋਂ ਆਪਾਂ ਗ੍ਰੇਡਿੰਗ ਕਰਾਉਣੇ ਐ ਜਾਂ ਜਦੋਂ ਆਪਾਂ ਸੀਡ ਤੋਂ ਉੱਪਰਲਾ ਜਿਹੜਾ ਬੁਸਾ ਵਾਲਾ ਕਰਦੇ ਆ ਵੀ ਕਿੰਨਾ ਸੀਡ ਨਿਕਲਦਾ ਤਾਂ ਇਹ ਮਿਲਿੰਗ ਗੁਣਵੱਤਾ ਬਹੁਤ ਚੰਗੀ ਐ ਜਿਹੜਾ ਬੀਜ ਖਰਾਬ ਨਹੀਂ ਹੁੰਦਾ ਇਹਦਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ 1692 ਦੀ 1692 27 ਕੁਇੰਟਲ ਤੱਕਰ ਪ੍ਰਤੀ ਏਕੜ ਕਿਸਾਨਾਂ ਦੇ ਖੇਤਾਂ ਦੇ ਵਿੱਚ ਹੋਇਆ ਬਾਕੀ ਯੂਨੀਵਰਸਿਟੀ ਜਿਨੇ ਵੀ ਰਿਕਮੈਂਡੇਸ਼ਨ ਦਿੱਤੀ ਉਹਦਾ 22 ਕੁਇੰਟਲ ਪ੍ਰਤੀ ਏਕੜ ਦਾ ਕਹਿ ਰਹੇ ਹੈ ਪਰ 27 27 ਕੁਇੰਟਲ ਪ੍ਰਤੀ ਏਕੜ ਦਾ ਹੋਇਆ ਤਾਂ 1509 ਨਾਲੋਂ 5-7 ਦਿਨ ਪਹਿਲਾਂ ਇਹ ਤਿਆਰ ਹੋ ਜਾਂਦੀ ਹੈ ਤੇ ਜਿਹੜਾ ਇਹਦਾ ਰਾਈਸ ਹੁੰਦਾ ਜਿਹੜਾ ਸੀਡ ਹੁੰਦਾ ਉਹ ਜਿਆਦਾ ਟੁਕੜੀ ਨਹੀਂ ਹੁੰਦਾ ਟੁੱਟਦਾ ਨਹੀਂ ਤੇ 50% ਜਿਹੜਾ ਚੌਲ ਹੈ ਉਹ ਇੱਕ ਪ੍ਰਕਾਰ ਦਾ ਖੜੇ ਟਾਈਪ ਦਾ ਹੁੰਦਾ ਸਾਥੀਓ ਦਿੱਲੀ ਹੋ ਗਿਆ ਹਰਿਆਣਾ ਹੋ ਗਿਆ ਪੱਛਮੀ ਉੱਤਰ ਪ੍ਰਦੇਸ਼ ਹੋ ਗਿਆ ਤੇ ਯੂਕੇ ਹੋ ਗਿਆ ਮਤਲਬ ਉਤਰਾਖੰਡ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਦਿੱਲੀ ਹੋ ਗਿਆ ਜੰਮੂ ਕਸ਼ਮੀਰ ਦੇ ਵਿੱਚ ਇਸ ਬਾਸਮਤੀ ਦੀ ਕਿਸਮਾਂ ਨੂੰ ਇੰਨਾ ਜਿਹੜੀ 1509 1692 ਇਹ ਬਾਸਮਤੀ ਦੇ ਰੂਪ ਦੇ ਵਿੱਚ ਜੀਆਈ ਟੈਗ ਮਿਲਿਆ ਹੋਇਆ ਹੈ ਇੱਕ ਪ੍ਰਕਾਰ ਦੀ ਵਿਸ਼ੇਸ਼ ਪਛਾਣ ਹੁੰਦੀ ਸਾਥੀਓ ਜੀਆਈ ਟੈਗ ਦੀ ਜੀਆਈ ਟੈਗ ਇੱਕ ਪ੍ਰਕਾਰ ਦੀ ਇਹੋ ਜੀ ਚੀਜ਼ ਹੈ ਵੀ ਉਹਦੀ ਉਥੋਂ ਦੀ ਕੁਆਲਿਟੀ ਦੇ ਨਾਲ ਜਾਣਿਆ ਜਾਂਦਾ ਹੈ ਵੀ ਉਥੋਂ ਦਾ ਇਹ GI ਟੈਗ ਹੈ ਤਾਂ ਪ੍ਰੋਡਕਟ ਪ੍ਰੋਡਕਟ ਹੈ ਜਿਹੜੀ ਉਹ GI ਟੈਗ ਦੇਖ ਕੇ ਹੀ ਜਿਹੜਾ ਵੀ ਵਪਾਰੀ ਹੈ ਜਾਂ ਕੋਈ ਵੀ ਹੈ ਉਹਨੂੰ ਸਮਝ ਜਾਂਦਾ ਹੈ ਵੀ ਇਥੋਂ ਦੀ ਹੈ ਤਾਂ ਇਹਦੀ ਗੁਣਵੱਤਾ ਵਧੀਆ ਹੋਊਗੀ ਤਾਂ ਇਹਦੀ ਇਹ ਜਾਣਕਾਰੀ ਸੀ ਸਾਥੀਓ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਨਵੀਂ ਦਿੱਲੀ ਜਿਹੜੀ IRRI ਜਿਹੜਾ ਇੰਸਟੀਟਿਊਟ ਹੈ ਉਹਨੇ 2020 ਦੇ ਵਿੱਚ ਇਹਨੂੰ ਵਿਕਸਿਤ ਕੀਤਾ ਸੀ ਸਾਥੀਓ ਇਹਨੂੰ 2020 ਦੇ ਵਿੱਚ ਵਿਕਸਿਤ ਕੀਤਾ ਗਿਆ ਠੀਕ ਹੈ ਤੇ ਇੱਕ ਹੋਰ ਛੋਟੇ ਜਿਹੇ ਡਾਟੇ ਤੇ ਅਪਰ ਨਜ਼ਰ ਮਾਰ ਲਈਏ ਸਾਥੀਓ ਬਾਸਮਤੀ ਦਾ ਸਾਰ ਤੋਂ ਜ਼ਿਆਦਾ ਨਿਰਯਾਤਕ ਦੇਸ਼ ਹੈ ਆਪਣਾ ਭਾਰਤ ਠੀਕ ਹੈ ਬਾਸਮਤੀ ਦੇ ਜਿਹੜੇ murid ਹਨ ਜਿਹੜੇ ਬਾਸਮਤੀ ਦੇ murid ਉਹ 150 ਦੇਸ਼ ਹੈਗੇ ਐ 150 ਦੇਸ਼ ਜਿਹੜੇ ਇਹਨੂੰ ਖਾਂਦੇ ਐ ਬਾਸਮਤੀ ਨੂੰ ਉਹ ਬਹੁਤ ਤਕੜੇ murid ਹੈ ਤੇ ਜਿਹੜਾ ਐਪੀਡਾ ਇੰਸਟੀਚਿਊਟ ਹੈ ਉਹਦੇ ਮੁਤਾਬਿਕ ਆਪਾਂ ਸਾਲਾਨਾ 30 ਕਰੋੜ ਰੁਪਏ ਆਪਾਂ ਆਪਾਂ ਬਾਸਮਤੀ ਦਾ ਐਕਸਪੋਰਟ ਹੁੰਦਾ ਹੈ 30 ਕਰੋੜ ਰੁਪਏ ਦੀ ਸਾਲਾਨਾ ਆਪਾਂ ਨੂੰ ਇਨਕਮ ਹੁੰਦੀ ਹੈ ਜੋ ਵੀ ਗਵਰਨਮੈਂਟ ਪੇਚਦੀ ਆ ਉਹਨੂੰ ਤਾਂ ਉਸਤਨ 15000 ਕਰੋੜ ਰੁਪਿਆ ਗੈਰ ਬਾਸਮਤੀ ਚਾਵਲ ਵੀ ਬਾਹਰ ਜਾਂਦਾ ਹੈਗਾ ਐਕਸਪੋਰਟ ਹੁੰਦਾ ਹੈ ਤਾਂ ਇਹ ਗੱਲ ਹੈਗੀ ਹੈ ਤੇ 5 ਕਿਜੀ ਸੀਡ ਪ੍ਰਤੀ ਏਕੜੇ ਦਾ ਲੱਗਦਾ ਹੈਗਾ ਤੇ ਸੀਐਸਆਰ 30 ਨਾਲੋਂ ਜ਼ਿਆਦਾ ਝਾੜ ਦੇਕ ਜਾਂਦੀ ਹੈ ਤੇ ਇਹ ਉਹ ਕਿਸਾਨਾਂ ਲਈ ਵਰਦਾਨ ਹੈ ਵੈਰੈਟੀ ਜਿਹੜੇ ਰਾਈਸ ਤੋਂ ਬਾਅਦ ਆਲੂ ਲਾਉਣਾ ਪਸੰਦ ਕਰਦੇ ਆ ਮਟਰ ਲਾਉਣਾ ਪਸੰਦ ਕਰਦੇ ਆ ਉਹਨਾਂ ਕਿਸਾਨਾਂ ਵਾਸਤੇ ਇਹ ਵੈਰੈਟੀ ਬਹੁਤ ਹੀ ਬੈਸਟ ਹੈਗੀ ਹੈ ਇਹ ਘਟ ਥੱਲੇ ਡਿੱਗਦੀ ਹੈ 15% ਝਾੜ ਉਹਦੇ ਨਾਲੋਂ ਜ਼ਿਆਦਾ ਹੈ ਸਾਥਿਓ ਹਾਈਟ ਜਿਹੜੀ ਉਹ 1509 ਦੇ ਬਰਾਬਰ ਹੀ ਹੈਗੀ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਆ ਇਸ ਵੈਰੈਟੀ ਦਾ ਤੁਸੀਂ ਦੇਖ ਕੇ ਬੀਐਸ ਦੇ ਵਿੱਚ ਕੀ ਪ੍ਰਸਥਿਤੀਆਂ ਹੋਊਗੀ ਕਿਵੇਂ ਇਹਨੂੰ ਤਿਆਰ ਕੀਤਾ ਗਿਆ ਹੈ ਇਸ ਦੇ ਵਿੱਚ ਕੋਸ਼ਿਕ ਜਾਣਕਾਰੀਆਂ ਹੈਆਂ ਸਾਥੀਓ ਮੈਂ ਤੁਹਾਨੂੰ ਉਹ ਦੇ ਦੇਣਾ ਹੈਗਾ ਸੈਮੀ ਡਰਾਫ ਵੈਰਾਈਟੀ ਹੈ ਇਹ ਸਾਥੀਓ ਸੀਟੋ ਸੀਡ 115 ਦਿਨ ਲੈਂਦੀ ਹੈ ਤੇ ਪਨੀਰੀ ਹੈ ਜਿਹੜੀ ਇਹਦੀ 15 ਜੂਨ ਤੋਂ ਬਾਅਦ ਹੀ ਲਾਉਣ ਦਾ ਬੈਨੀਫਿਟ ਹੈ 15 ਜੂਨ ਤੋਂ ਬਾਅਦ ਹੀ ਪਨੀਰੀ ਨੂੰ ਲਾਇਆ ਜਾਵੇ ਬੈਸਟ ਮਿਲਿੰਗ ਪ੍ਰਤੀਸ਼ਤ ਹੈਗਾ ਸਾਥੀਓ 70% ਇਸ ਵੈਰਾਈਟੀ ਦਾ ਤੇ ਜਿਹੜੀ ਦਾਣੇ ਦੀ ਲੰਬਾਈ ਹੈ ਨਾ ਸਾਥੀਓ 8.44 ਐਮ ਐਮ ਦੀ ਹੁੰਦੀ ਹੈਗੀ ਹੈ ਤੇ ਦਾਣਾ ਇਹਦਾ ਪਤਲਾ ਸਾਥੀਓ 1.83 mm ਦਾ ਹੁੰਦਾ ਹੈ। ਪਕਣ ਪੱਕਣ ਤੋਂ ਬਾਅਦ ਇਹ ਜਿਹੜਾ 17 mm ਤੱਕ ਲੰਮਾ ਹੋ ਜਾਂਦਾ ਸਾਥੀਓ ਠੂਕਰ ਦੇ ਵਿੱਚ ਪਕਣ ਤੋਂ ਬਾਅਦ 17 mm ਤੱਕ ਲੰਮਾ ਇਹਨਾਂ ਦੀ ਬਿਮਾਰੀਆਂ ਦੀ ਗੱਲ ਕਰੀਏ ਇਹਦੇ ਵਿੱਚ ਸਾਰੀਆਂ ਹੀ ਲੱਗਦੀਆਂ। ਬਲਾਸਟ ਵੀ ਹੁੰਦਾ ਹੈ, ਨੈਕ ਬਲਾਸਟ ਵੀ ਹੁੰਦਾ ਹੈ, ਤੇਲਾ ਵੀ ਆਉਂਦਾ ਹੈ ਪਰ ਘਟ ਆਉਂਦਾ ਹੈ। ਤੇ ਜਿਹੜੇ ਇੱਕ ਪਲਾਂਟ ਹੁੰਦਾ ਉਹਦੇ ਘੱਟ ਤੋਂ ਘੱਟ 15 ਤੋਂ 18 ਟਿਲਰਿੰਗ ਸਾਖਾਂ ਨਿਕਲਦੀਆਂ। ਬਾਕੀ ਮੌਸਮ ਦੇ ਉੱਤੇ ਡਿਪੈਂਡ ਕਰਦਾ ਸਾਥੀਓ ਪਨੀਰੀ ਦੀ ਬਜਾਈ ਦੇ ਉੱਤੇ ਡਿਪੈਂਡ ਕਰਦਾ ਹੈ ਮਿੱਟੀ ਦੇ ਉੱਤੇ ਕਰਦਾ ਹੈ ਪਾਣੀ ਦੇ ਉੱਤੇ ਕਰਦਾ ਵੀ ਤੁਹਾਡੀ ਕਿਹਜੇ ਟਾਈਪ ਦੀ ਮਿੱਟੀ ਹੈ ਕਿਹਜੇ ਟਾਈਪ ਦਾ ਪਾਣੀ ਹੈ ਉਸ ਉੱਤੇ ਇਹ ਬੀਜ ਦੀ ਸੰਖਿਆ ਦੇਖੀ ਜਾਂਦੀ ਹੈ ਤੇ ਬੀਜ ਦਾ ਕਿੰਨਾ ਦੂਰੀ ਤੇ ਲਾਉਣਾ ਉਸ ਹੱਬ ਨਾਲ ਦੇਖਿਆ ਜਾਂਦਾ ਇੱਕ ਮੈਧ ਟ੍ਰਾਇਲ ਦੇ ਵਿੱਚ ਪਤਾ ਲੱਗਿਆ ਵੀ ਇੱਕ ਸਕੁਅਰ ਮੀਟਰ ਦੇ ਵਿੱਚ 360 ਮੁੰਜਰਾ ਦੇਖੀਆਂ ਗਈਆਂ ਇਹਦੀਆਂ ਤੇ ਇੱਕ ਮੁੰਜਰ ਦੀ ਲੰਬਾਈ 27.1 ਸੈਂਟੀਮੀਟਰ ਦੇਖੀ ਗਈ ਹੈ ਇੱਕ ਇਹਦੀ ਬੈਸਟ ਕੁਆਲਿਟੀ ਕੀ ਹੈ ਸਾਥੀਓ ਵੀ ਮੁੱਛ ਇਹਦੇ ਦਾਣੇ ਦੇ ਉੱਪਰ ਨਹੀਂ ਹੁੰਦੀ ਜਿਹੜੇ ਹੋਰ ਧਾਨ ਹੁੰਦੇ ਉਹਨਾਂ ਦੇ ਉੱਪਰ ਜਿਹੜੇ ਵੀ ਕਚਰੇ ਦੇ ਉੱਪਰ ਮੁੱਛ ਦੇਖੀ ਗਈ ਆ ਉਹ ਇਹਦੇ ਵਿੱਚ ਨਹੀਂ ਪਾਈ ਜਾਂਦੀ ਤਾਂ ਇਹਦਾ ਜਿਹੜਾ ਟੈਸਟ ਵੇਟ ਆ ਟੈਸਟ ਵੇਟ ਦਾ ਸਾਥੀ ਤੁਹਾਨੂੰ ਦੱਸ ਦੇ ਇੱਕ ਹਜ਼ਾਰ ਦਾਣਿਆਂ ਦਾ ਜਿਹੜਾ ਵੇਟ ਹੈ ਉਹ 28.9 ਗ੍ਰਾਮ ਹੁੰਦਾ ਹੈ ਇਹਦਾ ਤੇ ਉਸ ਤੋਂ ਬਾਅਦ ਸਾਥੀਓ ਜਿਹੜੀ ਆਪਣੇ ਹਾਈਬ੍ਰਿਡ ਸੰਕਰਣ ਕਰਕੇ ਜੋ ਵੀ ਕਿਸਾਨ ਭਰਾ ਬੀਜਾਂ ਦੀ ਤਿਆਰੀ ਕਰਦੇ ਅੱਗੇ ਉਹਨਾਂ ਵਾਸਤੇ ਦੱਸ ਦਿਆਂ ਵੀ ਆਪਾਂ ਐਵੇਂ ਨਹੀਂ ਲਾ ਸਕਦੇ ਵੀ ਜਿਵੇਂ ਸਿੱਧਾ ਦਾਣ ਲਾਇਆ ਤੇ ਉਸ ਤਰੀਕੇ ਨਾਲ ਦਾਣ ਲਾ ਕੇ ਬੀਜ ਰੱਖਿਆ ਬੀਜ ਰੱਖ ਵੀ ਸਕਦੇ ਆ ਪ੍ਰੋਡਕਸ਼ਨ ਆ ਵੀ ਰਿਹਾ ਜਿਆਦਾ ਪਰੰਤੂ ਦੇ ਵਿੱਚ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਤਾਂ ਇਹਨੂੰ ਪਛਾਣਨ ਵਾਸਤੇ ਥੋੜੀ ਜਿਹੀ ਆਪਾਂ ਨੂੰ ਤਰੀਕੇ ਬਦਲਨੇ ਪੈਣਗੇ ਵੀ ਬੀਜ ਨੂੰ ਕਿਵੇਂ ਤਿਆਰ ਕਰਨਾ ਹੈ ਕਿਉਂਕਿ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਮਹਿੰਗਾਈ ਦੇ ਵਿੱਚ ਇਹ ਬੀਜ ਮਿਲਦਾ ਹੈਗਾ ਤਾਂ ਕੁਝ ਇੱਕ ਦੇ ਵਿੱਚ ਵਾਸਤੇ ਜਾਣਕਾਰੀਆਂ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਲੈਂਦਾ ਜਿਹੜਾ ਮਾਦਾ ਪੌਦੇ ਹੁੰਦੇ ਆ ਉਹਨਾਂ ਦੇ ਜਿਹੜੇ ਫੁੱਲ ਹੁੰਦੇ ਸਾਥੀਓ ਦਾਨ ਦੇ ਵਿੱਚ ਜਿਹੜਾ ਵੀ ਫਲਾਵਰ ਆਂਦਾ ਹੈ ਉਹਦਾ ਆਕਾਰ ਬੜਾ ਹੁੰਦਾ ਸਾਥੀਓ ਸਾਈਜ਼ ਉਹਦਾ ਵੱਡਾ ਹੋਊਗਾ ਤੇ ਜਿਹੜੇ ਪੁਰਸ਼ ਪੌਦਾ ਹੁੰਦਾ ਸਾਥੀਓ ਫੀਮੇਲ ਮੇਲ ਪਲਾਂਟ ਹੁੰਦਾ ਉਸਦੇ ਫੁੱਲ ਛੋਟੇ ਹੋਣਗੇ ਤੇ ਜਿਹੜੇ ਮਾਦਾ ਪਲਾਂਟ ਹੈ ਉਹਦੇ ਫੁੱਲਾਂ ਦੀ ਜੜੀਆਂ ਵੀ ਸੰਖਿਆ ਜਿਹੜੀ ਲੰਬਾਈ ਹੈ ਉਹ ਬਹੁਤ ਘੱਟ ਹੋਗੀ ਠੀਕ ਹੈ ਤੇ ਪੋਲਨ ਜਿਹੜਾ ਜਿਹੜਾ ਪੋਲਨ ਹੁੰਦਾ ਉਹ ਸਿਰਫ ਜਿਹੜਾ ਆਪਣੇ ਮਾਦਾ ਪਲਾਂਟ ਦੇ ਵਿੱਚ ਨਹੀਂ ਪਾਇਆ ਜਾਂਦਾ ਮੇਲ ਦੇ ਵਿੱਚ ਪੋਲੇਨ ਇਹਦੇ ਵਿੱਚ ਹੁੰਦਾ ਹੈ ਪੋਲੇਨ ধੂਲੀ ਦੇ ਸਮਾਨ ਹੈ ਆਪਾਂ ਨੂੰ ਨਜ਼ਰ ਆਉਂਦਾ ਹੈ ਤੇ ਜੀਨੋਟਾਈਪ ਦੇ ਆਧਾਰ ਤੇ ਆਪਾਂ ਇਹਨਾਂ ਨੂੰ ਪੁਰਸ਼ ਤੇ ਮਾਦਾ ਦਾ ਪਤਾ ਲਾ ਸਕਦੇ ਹਾਂ ਜਿਨ੍ਹਾਂ ਦੇ ਆਧਾਰ ਤੇ ਦੇਖ ਕੇ ਤੁਹਾਨੂੰ ਮੈਂ ਇਹ ਚਾਰ ਪੰਜ ਗੱਲਾਂ ਦੱਸਤੀ ਆਂ ਵੀ ਇਸ ਹਿਸਾਬ ਨਾਲ ਆਪਾਂ ਪਤਾ ਲਾ ਸਕਦੇ ਜਿਹੜੀ ਧਾਨ ਦੀ ਜਿਹੜੀ ਵੀ ਸਟੇਜਸ ਹੈ ਇੱਕ ਸਾਥੀ ਉਹ ਟਿਲਰਿੰਗ ਸਟੇਜ ਹੁੰਦੀ ਹੈ ਪਹਿਲੀ ਉਸ ਤੋਂ ਬਾਅਦ ਸਟੇਮ ਹੁੰਦਾ ਉਸ ਤੋਂ ਬਾਅਦ ਪੈਨਿਕਲ ਹੁੰਦਾ ਉਸ ਤੋਂ ਬਾਅਦ ਫਲੋਵਰਿੰਗ ਆਉਂਦੀ ਹੈ ਉਸ ਤੋਂ ਬਾਅਦ ਮਿਲਕ ਸਟੇਜ ਆਉਂਦੀ ਹੈ ਧਾਨ ਦੇ ਵਿੱਚ ਉਸ ਤੋਂ ਬਾਅਦ ਮੈਚਿਓਰਿਟੀ ਸਟੇਜ ਆਉਂਦੀ ਹੈ ਉਸ ਤੋਂ ਬਾਅਦ ਹਾਰਵੈਸਟਿੰਗ ਸਟੇਜ ਆਉਂਦੀ ਹੈ ਇਹ ਕਾਫੀ ਸਟੇਜਾਂ ਆਉਂਦੀਆਂ ਤਾਂ ਆਹ ਵੀਡੀਓ ਸਾਥੀਓ ਕਿਵੇਂ ਲੱਗੀ ਆਹ ਵੀਡੀਓ ਜਿਹੜੀ ਧਾਨ ਦੀ 1509 ਤੇ 1692 ਵੈਰਾਈਟੀ ਦੇ ਬਾਰੇ ਸੀਗੀ ਤੇ ਅੱਗੇ ਤੋਂ ਅੱਗੇ ਜਰੂਰ ਫਾਰਮਰਸ ਨੂੰ ਸ਼ੇਅਰ ਕਰਦੇ ਕੰਟੈਕਟ ਕਰਨਾ ਚਾਹੁੰਦਾ ਕੋਈ ਤਾਂ ਕੰਟੈਕਟ ਕਰ ਸਕਦਾ ਸਾਥੀਓ ਜੀਮੇਲ ਦੇ ਰਾਹੀਂ ਕੰਟੈਕਟ ਕਰ ਸਕਦਾ ਹੈ WhatsApp ਦੇ ਰਾਹੀਂ ਕੰਟੈਕਟ ਕਰ ਸਕਦਾ ਹੈ ਇੰਸਟਾਗ੍ਰਾਮ ਦੇ ਰਾਹੀਂ ਕਮੈਂਟ ਕਰ ਸਕਦੇ ਫੇਸਬੁੱਕ WhatsApp ਇੰਸਟਾਗ੍ਰਾਮ ਟਵਿੱਟਰ ਤੇ ਸਾਥੀ ਜੁੜੇ ਰਹੋ ਤੇ ਨਵੀਆਂ-ਨਵੀਆਂ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਤਾਂਕਿ ਸਭ ਫਾਰਮਰਸ ਦਾ ਫਾਇਦਾ ਹੋ ਸਕੇ ਧੰਨਵਾਦ ਜੀ ਨੇ ਵੀ ਇਹ ਵੀਡੀਓ ਨੂੰ ਵੇਖਿਆ